ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਤਿਹਾਸ ਦੱਸਦਾ ਹੈ ਜਦੋਂ ਇਹ ਖਬਰ ਬਾਬੇ ਬਕਾਲੇ ਪਹੁੰਚੀ ਤਾਂ ਉੱਥੇ ਸਾਰੇ ਸ਼ਰੀਕੇ ਬਾਰੇ ਮੰჯੀਆਂ ਡਾ ਕੇ ਗੁਰੂ ਬਣ ਬੈਠੇ ਪਵਨੇਤ ਨਾਲ ਮੱਖਣ ਸ਼ਾ ਲਵਾਨਾ ਜੋ ਬੜਾ ਵੱਡਾ ਵਪਾਰੀ ਸੀ ਮਾਲ ਦਾ ਜਹਾਜ਼ ਲੱਦ ਕੇ ਦਰਿਆ ਪਾਰ ਕਰ ਰਿਹਾ ਸੀ ਅਚਾਨਕ ਉੱਥੇ ਦਰਿਆ ਵਿੱਚ ਹੜ ਆ ਗਿਆ ਤੇ ਉਹਦਾ ਬੇੜਾ ਡੋਲਣ ਲੱਗ ਪਿਆ ਉਸ ਉਸ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਵੱਲ ਧਿਆਨ ਕੀਤਾ ਭਾਵ ਆराधना ਕੀਤੀ ਹੈ ਸੱਚੇ ਪਾਤਸ਼ਾਹ ਮੇਰਾ ਬੇੜਾ ਮੰਨੇ ਲਾ ਦਿਓ ਮੈਂ 500 ਮੋਹਰ ਤੇਰੇ ਦਰ ਤੇ ਆ ਕੇ ਭੇਟਾ ਕਰਾਂਗਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਦਇਆ ਆ ਗਈ ਉਹਨਾਂ ਮੋਢਾ ਜੋੜ ਕੇ ਮੱਖਣ ਸ਼ਾ ਦਾ ਬੇੜਾ ਪਾਰ ਕਰ ਦਿੱਤਾ ਮੱਖਣ ਸ਼ਾ ਬੜਾ ਖੁਸ਼ ਹੋਇਆ ਹਜ਼ਾਰਾਂ ਰੁਪਏ ਦਾ ਮਾਲ ਬਚ ਗਿਆ ਜਹਾਜ਼ ਬਚ ਗਿਆ ਆਪ ਬਚ ਗਿਆ ਜਦੋਂ ਉਸ ਦਾ ਕੋਈ ਨੁਕਸਾਨ ਨਾ ਹੋਇਆ ਤਾਂ ਉਹ ਸੁਖਣਾ ਦੇਣ ਲਈ ਗੁਰੂ ਘਰ ਬਾਰੇ ਗੋ ਸਿੱਖਾਂ ਨੂੰ ਪੁੱਛਣ ਲੱਗਾ ਤਾਂ ਉਹਨਾਂ ਕਿਹਾ ਕਿ ਤੁਸੀਂ ਬਕਾਲੇ ਚਲੇ ਜਾਓ ਉੱਥੇ ਗੁਰੂ ਦੀ ਭਾਲ ਕਰੋ ਉੰਜ ਤਾਂ ਉੱਥੇ ਮੰჯੀਆਂ ਡੱਠੀਆਂ ਹਨ ਭਾਈ ਗੁਰੂ ਉੱਥੇ ਮਸੰਦ ਵੀ ਬਣੇ ਹੋਏ ਹਨ ਤੁਸੀਂ ਵਪਾਰੀ ਦਿਮਾਗ ਦਿਓ ਜਰੂਰ ਗੁਰੂ ਨੂੰ ਲੱਭਣ ਲਈ ਸਫਲ ਹੋ ਜਾਵੋਗੇ ਇਹ ਸੁਣ ਕੇ ਭਾਈ ਮੱਖਣਸ਼ਾ ਲਵਾਨਾ ਬਕਾਲੇ ਪੁੱਜ ਗਿਆ ਉੰਜ ਤਾਂ ਬਹੁਤੇ ਗੁਰੂ ਵੇਖ ਕੇ ਬੜਾ ਹੈਰਾਨ ਹੋਇਆ ਪਰ ਵਪਾਰੀ ਦਿਮਾਗ ਸੀ ਦੋ-ਦੋ ਮੋਹਰਾਂ ਬਾਈ ਗੁਰੂਆਂ ਅੱਗੇ ਮੰਜੇ ਤੇ ਰੱਖ ਕੇ ਮੱਥਾ ਟੇਕਦਾ ਗਿਆ ਜਦੋਂ ਕੋਈ ਤਸੱਲੀ ਨਾ ਹੋਈ ਤਾਂ ਨਿਰਾਸ਼ ਜਾ ਹੋ ਗਿਆ ਤੇ ਘਬਰਾ ਕੇ ਕਿਸੇ ਨੂੰ ਪੁੱਛਣ ਲੱਗਾ ਕਿ ਇੱਥੇ ਕੋਈ ਹੋਰ ਵੀ ਗੁਰੂ ਹੈ ਤਾਂ ਇੱਕ ਬੰਦੇ ਨੇ ਕਿਹਾ ਹਾਂ ਜੀ ਇੱਕ ਹੋਰ ਤੇਗਾ ਤੇਗਾ ਉਸ ਨੂੰ ਕਹਿੰਦੇ ਹਨ ਬੜੀ ਉੱਚੀ ਬਿਰਤੀ ਵਾਲਾ ਮਨੁੱਖ ਹੈ ਪਰ ਸਾਰਾ ਦਿਨ ਭੋਰੇ ਵਿੱਚ ਹੀ ਰਹਿੰਦਾ ਹੈ ਉਹਨਾਂ ਦੀ ਮਾਤਾ ਨਾਨਕੀ ਜੀ ਵੀ ਹਨ ਮੱਖਣਸ਼ਾ ਨੂ ਵੀ ਕੁਝ ਹੌਸਲਾ ਹੋ ਗਿਆ ਤੇ ਉਹ ਭੋਰੇਵਾਲ ਵਧਿਆ ਮਾਤਾ ਜੀ ਤੋਂ ਪੁੱਛ ਕੇ ਅੰਦਰ ਦਰਸ਼ਨਾਂ ਨੂੰ ਚਲਾ ਗਿਆ ਸਤਿਗੁਰੂ ਆਪਣੇ ਰੰਗ ਵਿੱਚ ਬੈਠੇ ਸੀ ਮੱਖਣ ਸ਼ਾਹ ਨੇ ਕੁਝ ਪ੍ਰਭਾਵਿਤ ਹੋ ਕੇ ਪੰਜ ਮੋਰਾ ਮਹਾਰਾਜ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਪੰਜ ਮੋਰਾ ਵੇਖ ਕੇ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਗੁਰਮਖਾ ਗੁਰੂ ਘਰ ਨਾਲ ਵੀ ਵਪਾਰੀਆਂ ਵਾਲੀਆਂ ਗੱਲਾਂ ਕਰਦਾ ਹੈ 500 ਮੋਹਰ ਸੁੱਖ ਕੇ ਤੇ ਪੰਜ ਮੋਰਾ ਭੇਟਾ ਕਰਦਾ ਹੈ ਆਹ ਵੇਖ ਚਾਦਰ ਬਾਹ ਤੋਂ ਹਟਾ ਕੇ ਕਹਿਣ ਲੱਗੇ ਕਿ ਤੇਰਾ ਜਹਾਜ਼ ਪਾਰ ਕਰਨ ਲੱਗੇ ਮੋਢੇ ਤੇ ਕਿਲ ਖੁੱਬ ਗਈ ਹਨ ਅਜੇ ਤੇ ਜ਼ਖਮ ਵੀ ਠੀਕ ਨਹੀਂ ਹੋਇਆ ਗੁਰੂ ਘਰ ਨਾਲ ਇਸ ਤਰ੍ਹਾਂ ਦਾ ਵਤੀਰਾ ਮੱਖਣ ਛਾ ਵੀ ਪੈਰਾ ਹੇਠੋ ਜ਼ਮੀਨ ਨਿਕਲ ਗਈ ਖੁਸ਼ੀ ਨਾਲ ਨੇਤਰਾ ਵਿੱਚ ਜਲ ਆ ਗਿਆ ਛੇਤੀ ਨਾਲ 500 ਮੇਰਾ ਭੇਟਾ ਕਰਕੇ ਕੋਠੇ ਤੇ ਚੜਕੇ ਗੱਲ ਦਾ ਪੱਲਾ ਫੇਰਨ ਲੱਗੇ ਪਏ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਬਸ ਫਿਰ ਕੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੱਖ ਹੋ ਗਏ ਦੀਵਾਨ ਸਜਾਇਆ ਗਿਆ ਗੁਰਤਾ ਦੀ ਰਸਮ ਅਦਾ ਕੀਤੀ ਗਈ ਚਾਰ ਚੁਫੇਰੇ ਖੁਸ਼ੀਆਂ ਛਾ ਗਈਆਂ ਘਰ ਘਰ ਚਰਚਾ ਹੋਣ ਲੱਗੀ ਸੋ ਇਸ ਤਰ੍ਹਾਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਕੀਤਾ ਬਚਨ ਪ੍ਰਤੱਖ ਹੋਇਆ ਕਿ ਬਾਬਾ ਬਕਾਲੇ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਜੀਵਨ ਸੰਬੰਧੀ ਕਵਿਤਾ ਸਰਵਨ ਕਰੋ ਸ੍ਰੀ ਹਰਿਕ੍ਰਿਸ਼ਨ ਸੱਚੇ ਮਹਾਰਾਜ 8ਵੇਂ ਗੁਰੂ ਗ੍ਰੰਥ ਨਿਵਾਜ ਮਾਤਾ ਕਿਸ਼ਨ ਕੌਰ ਦੇ ਜાય ਪਿਤਾ ਜੀਨਾਂ ਦੇ ਗੁਰਹਰ ਰਾਏ 5 ਸਾਲ ਦੀ ਬਾਲ ਬ੍ਰੇਸ ਜਾ ਜਗ ਨੂੰ ਦਿੱਤਾ ਉਪਦੇਸ਼ ਇੱਕ ਦਿਨ ਚੋਜੀ ਚੋਜ ਵਿਖਾਏ ਮਾਤਾ ਸੋਹਣੇ ਬਸਤਰ ਪਾਏ ਸੋਹਣੀ ਸਿਰ ਦਸਤਾਰ ਸਜਾਈ ਉੱਤੇ ਸੋਹਣੀ ਕਲਗੀ ਲਾਈ ਸੋਹਣੇ ਦਾ ਗਲ ਕੈਂਠਾ ਪਾਇਆ ਮੱਥਾ ਚੁੰਮਿਆ ਸੀਨੇ ਲਾਇਆ ਖੇਡਣ ਕੱਲਿਆ ਬਾਲਾਂ ਨਾਲ ਕਿਸੇ ਮੰਗਤੇ ਨੇ ਕੀਤਾ ਸਵਾਲ ਦਾ ਤੇ ਉਸ ਦਾ ਦੁੱਖ ਮਿਟਾਇਆ ਲਾਹ ਕੈਂਠਾ ਉਹਦੇ ਹੱਥ ਫੜਾਇਆ ਕਿਹਾ ਮੰਗਤੇ ਨੇ ਦੇ ਅਸੀਸਾਂ ਦਾਤਾ ਜੀ ਨਹੀਂ ਤੇਰੀਆਂ ਰੀਸਾਂ ਜਦੋਂ ਖੇਡ ਕੇ ਘਰ ਨੂੰ ਆਏ ਲੈ ਗੋਦੀ ਸਤਗੁਰ ਹਰ ਰਾਏ ਪੁੱਛਣ ਕਿੱਥੇ ਕੈਂਠਾ ਲਾਲ ਬੋਲੇ ਬਾਲਕਦੀਨ ਦਿয়াল ਇੱਕ ਮੰਗਤਾ ਜੋ ਦਰਦਰ ਮੰਗੇ ਦੁਖੀਆਂ ਦਾ ਔਖਾ ਝਟ ਲੰਗੇ ਕੈਂਠਾ ਉਸਨੂੰ ਦਿੱਤਾ ਦਾਨ ਸੌਖੀ ਉਹਦੀ ਹੋਈ ਗੁਜਰਾਨ ਆਪ ਖਾਵੇ ਪਾਲੇ ਪਰਿਵਾਰ ਹੋਏ ਸੁਖਿਆ ਵਿੱਚ ਸੰਸਾਰ ਸਾਹਿਬ ਜਾਦੇ ਦਾ ਵੇਖ ਤਿਆਗ ਸਤਗੁਰ ਹੋਏ ਬਾਗੋ ਬਾਗ ਪੰਜ ਪੈਸੇ ਨਰੀਅਲ ਨਰੀਅਲ ਮੰਗਾਇਆ ਗੱਦੀ ਬਹਾ ਕੇ ਸੀਸ ਨਿਵਾਇਆ ਕਹਿਣ ਲੱਗੇ ਇਹ ਅਠਵਾਂ ਨਾਨਕ ਸਾਨੂੰ ਲੱਭਾ ਅਜ ਅਚਾਨਕ ਇਹਨੂੰ ਪੁੱਜੋ ਇਹ ਤਿਆਵੋ ਇਹਦੇ ਉੱਤੋਂ ਸਦਕੇ ਜਾਵੋ ਵੇਖ ਗੁਰਾਂ ਦੀ ਉੱਚੀ ਸ਼ਾਨ ਚਰਨੀ ਲੱਗਾ ਕੁੱਲ ਜਹਾਨ ਤ੍ਰੈ ਲੋਕੀ ਨੇ ਸੀਸ ਨਿਵਾਇਆ ਬਾਲ ਰੂਪ ਗੁਰੂ ਨਾਨਕ ਆਇਆ ਬਾਲਗੁਰੂ ਦੇ ਦਰਸ਼ਨ ਪਾਵਨ ਦੂਰੋਂ ਦੂਰੋਂ ਸੰਗਤਾਂ ਆਵਨ ਗੁਰੂ ਘਰ ਦੀ ਸੁਣ ਕੇ ਵੜਿਆਈ RAM ਰਾਏ ਨੂੰ ਖਾਰਸੀ ਆਈ ਦਿੱਲੀ ਜਾ ਕੇ ਚੁਗਲੀ ਕੀਤੀ ਗੱਦੀ ਹਰੀਕ੍ਰਿਸ਼ਨ ਖੋਹ ਲਈਤੀ ਮੌਕੇ ਉੱਤੇ ਕਰਮ ਕਮਾ ਮੇਰੇ ਉੱਤੇ ਕਰਮ ਕਮਾਵੋ ਮੈਨੂੰ ਅਠਮਾ ਗੁਰੂ ਬਣਾਵੋ ਰਾਜੇ ਜੈ ਸਿੰਘ ਤਾਈ ਬੁਲਾ ਔਰੰਗਜੀਬ ਨੇ ਕਿਹਾ ਸੁਣਾ ਹਰਕ੍ਰਿਸ਼ਨ ਜੀ ਤਾਈ ਲਿਆਵੋ ਬਾਲਗੁਰੂ ਦੇ ਦਰਸ ਦਿਖਾਵੋ ਕੀਰਤਪੁਰ ਉਹਦਾ ਮੰਤਰੀ ਆਇਆ ਜੈ ਸਿੰਘ ਦਾ ਪੈਗਾਮ ਸੁਨਾਇਆ ਸੁਣ ਕੇ ਸੈਮੀ ਸੰਗਤ ਸਾਰੀ ਮਿਹਰ ਕਰੇ ਨਾਨਕ ਨਿਰੰਕਾਰੀ ਪਰ ਸੰਗਤ ਨੂੰ ਕਰ ਉਪਦੇਸ਼ ਸਤਗੁਰ ਮੇਟੇ ਗਮ ਕਲੇਸ਼ ਵੰਡਣ ਦੇ ਲਈ ਨਾਮ ਸਰੂਰ ਪਾਲਕੀ ਵਿੱਚ ਫਿਰ ਸਜੇ ਹਜੂਰ ਕੀਤੀ ਦਿੱਲੀ ਦੇਵਲ ਧਾਈ ਕੁਰ ਖੇਤਰ ਦੀ ਧਰਤੀ ਆਈ ਉੱਥੇ ਗੁਰਾਂ ਦੀਵਾਨ ਸਜਾਇਆ ਲਾਲ ਚੰਦ ਇੱਕ ਪੰਡਤ ਆਇਆ ਕੋਈ ਵੀ ਰਹਿ ਨਾ ਗੱਲ ਅਧੂਰੀ ਕਰੀ ਇਹਨਾਂ ਦੀ ਅਸਾ ਪੂਰੀ ਧਨਕ ਸਤਗੁਰ ਅਠਵਾ ਸੁਲਤਾਨ ਅਨਪੜ ਬਣਿਆ ਮਹਾ ਵਿਦਵਾਨ ਜੋ ਜੋ ਪੰਡਿਤ ਕੀਤੇ ਸਵਾਲ ਦਸਵੀ ਦਸੀ ਜਾਵੇ ਨਾਲੋਂ ਨਾਲ ਜਾਂ ਉਸ ਅਰਥ ਗੀਤਾ ਦੇ ਬੋਲ ਨਾਲ تکਬਰ ਐਦਾਂ ਬੋਲੇ ਗੱਲ ਸੁਣ ਮੇਰੀ ਬਾਲਕ ਸਤਗੁਰ ਬਣਿਆ ਜਗ ਦਾ ਪਾਲਕ ਸਤਗੁਰ ਨਾ ਜੇ ਤੂੰ ਹਰ ਕ੍ਰਿਸ਼ਨ ਰਖਾਇਆ ਕ੍ਰਿਸ਼ਨ ਯਹੀ ਵਰਗੀ ਦਸੀ ਮਾਇਆ ਰਚੀ ਹੋਈ ਅਸੀਨੇ ਹੈ ਕੀ ਗੀਤਾ ਤੂ ਪਲਾ ਦਸ ਕੀ ਕੁਝ ਕੀਤਾ ਜੇ ਨਹੀਂ ਰਚੀ ਇਹ ਕਰ ਵਿਖਾ ਦੇ ਤੂ ਗੀਤਾ ਦੇ ਅਰਥ ਸੁਣਾ ਦੇ ਫਿਰ ਤੇਰੇ ਅੱਗੇ ਹੱਥ ਮੰਨਾ ਤੈਨੂੰ ਮੈਂ ਹਰਿ ਕ੍ਰਿਸ਼ਨ ਜੀ ਮੰਨਾ ਸੁਣ ਪੰਡਤ ਦੇ ਬਚਨ ਕਰਾਰੇ ਸਤਗੁਰ ਦੱਸੇ ਕੌਤਕ ਨਿਆਰੇ ਕੋਮਲ ਬੁੱਲੀਆਂ ਵਿੱਚ ਮੁਸਕਾਏ ਮੇਰਾ ਬਾਲੇ ਮਿਹਰ ਚਾਏ ਪੰਡਤ ਜੀ ਨੂੰ ਨਾਲ ਪਿਆਰ ਕੋਲ ਬਹਾਇਆ ਤੇ ਸਤਕਾਰ ਫਿਰ ਛੱਜੂ ਝੀਬਰ ਸਦਵਾਇਆ ਇਹਨੂੰ ਪੰਡਤ ਪਾਸ ਬਹਾਇਆ ਨਿਗਾਹ ਮਹਿਰ ਦੀ ਉਸਤੇ ਕਰਕੇ ਪਿੱਠ ਓਦੀ ਤੇ ਸੋਟੀ ਧਰਕੇ ਉਹਨੂੰ ਬਖਸ਼ੀ ਸ਼ਕਤੀ ਭਾਰੀ ਯਾਦ ਕਰਾਈ ਗੀਤਾ ਸਾਰੀ ਭਰੀ ਉਹਦੇ ਵਿੱਚ ਸ਼ਾਸਤਰ ਬਾਣੀ ਅਰਥਾਂ ਸਣੇ ਉਸ ਗੀਤਾ ਜਾਣੀ ਹੋ ਸਕੇ ਨਾ ਜਿਸ ਦਾ ਗਿਆਨ ਇੰਨਾ ਬਖਸ਼ਿਆ ਉਸ ਨੂੰ ਗਿਆਨ ਬੋਲੇ ਫਿਰ ਮੇਰਾ ਦੇ ਸਾਈਂ ਉਸ ਭੋਲੇ ਜਿਹੇ ਛੱਜੂ ਤਾਈਂ ਸੋਹਣੇ ਸਤਗੁਰ ਦੇ ਲਾਲ ਪੰਡਤ ਜੀ ਜੋ ਕਰਨ ਸਵਾਲ ਉਸ ਦਾ ਉੱਤਰ ਦੇਣਾ ਠੀਕ ਸਮਝ ਲੈਣੀ ਹਰ ਰਮਜ਼ ਬਰੀਕ ਯਾਦ ਆਇਆ ਸੀ ਉਹਨੂੰ ਮੁਰਾਰੀ ਇੱਥੇ ਹੀ ਗੀਤਾ ਉਸੋਚਾਰੀ ਹੁਣ ਵੀ ਉਹਨੂੰ ਇਹੋ ਜਾਪੇ ਬੋਲੇ ਪਿਆ ਸਾਬਲਾ ਆਪੇ ਪੰਡਤ ਤੱਕ ਤੱਕ ਹੋਏ ਹੈਰਾਨ ਇਕਨਪੜ ਇੰਨਾ ਵਿਦਵਾਨ ਹੋ ਮੈਂ ਅਦਾਲਤ ਗਿਆ ਬੁਖਾਰ ਕਹੇ ਸਚਮਤ ਤੂੰ ਕ੍ਰਿਸ਼ਨ ਮੋਰਾਰ ਮੂਰਖ ਵੀ ਜਿਸ ਕੀਤੇ ਸਿਆਣੇ ਤੇਰੀ ਲੀਲਾ ਤੂੰ ਹੀ ਜਾਣੇ ਚਰਨੀ ਡਿੱਕੇ ਭੁੱਲਾ ਮੰਨੇ ਆਖੇ ਲਾ ਦੇ ਬੇੜਾ ਬੰਨੇ ਤਨ ਤੂੰ ਏ ਤਨ ਤੇਰੀ ਸਿੱਖੀ ਵਾਲੋਂ ਨਿੱਕੀ ਖੰਡਿਓ ਤਿੱਖੀ ਬਾਲਕ ਰੂਪ ਤੋ ਈਸ਼ਵਰ ਆਇਆ ਪਰ ਮੈਂ ਤੇਰਾ ਭੇਤ ਨਾ ਪਾਇਆ ਫਿਰ ਸਤਗੁਰ ਦਿੱਤਾ ਉਪਦੇਸ਼ ਉਸ ਨੂੰ ਦੱਸਿਆ ਪ੍ਰਭੂ ਸੰਦੇਸ਼ ਅੱਜ ਤੱਕ ਜਿਸ ਵੀ ਉਸ ਨੂੰ ਪਾਇਆ ਪਹਿਲੇ ਉਸ ਹੰਕਾਰ ਗਵਾਇਆ ਨਹੀਂ ਤਾਂ ਖਾਏ 84 ਗੇੜੇ ਰੱਬ ਨਾਲ ਉਸਦੇ ਆਵੇ ਨੇੜੇ ਇਸ ਲਈ ਛੱਡ ਕੇ ਦਿਲੋਂ ਗੁਮਾਨ ਬਣ ਜਾਵੇ ਪੰਡਤ ਵਿਦਵਾਨ ਸੁਣ ਪੰਡਤ ਜੀ ਹੋਏ ਆਨੰਦ ਮਿਲਿਆ ਪੂਰਨ ਪਰਮ ਆਨੰਦ ਤੁਰਿਆ ਗੁਰਾਂ ਤੋਂ ਆਗਿਆ ਲੈ ਆਖੇ ਗੁਰੂ ਹਰਿਕ੍ਰਿਸ਼ਨ ਦੀ ਜੈ ਫਿਰ ਸਤਗੁਰੂ ਜੀ ਦਿੱਲੀ ਆਏ ਜੈ ਸਿੰਘ ਕਰ ਚਰਨ ਸੀ ਪਾਏ ਅੱਗੇ ਉਹਦੀ ਉਡੀਕ ਰਾਣੀ ਉਡੀਕੇ ਰਾਣੀ ਉਹਦੇ ਦਿਲ ਦੀ ਸਤਗੁਰ ਜਾਨੀ ਗੋਲੀਆਂ ਦੇ ਉਹ ਕੱਪੜੇ ਪਾ ਗੋਲੀਆਂ ਵਿੱਚ ਸੀ ਬੈਠੀ ਜਾ ਕਹੇ ਜੇ ਸਤਗੁਰ ਜਾਨੀ ਜਾਨ ਮੇਰੀ ਗੋਦ ਵਿੱਚ ਬੈਠਣ ਆਣ ਨਹੀਂ ਸੀ ਉਹਦੇ ਘਰ ਔਲਾਦ ਪੁੱਤਰ ਦੀ ਉਹ ਚਾਹੇ ਮੁਰਾਦ ਧਨ ਸਤਗੁਰ ਤੇਰੀ ਬੜਿਆਈ ਰਾਣੀ ਨੂੰ ਗਲਵਕੜੀ ਪਾਈ ਮੁੱਖੋਂ ਬੋਲੇ ਮਿੱਠੇ ਬੋਲ ਆਗੇ ਮਾਤਾ ਤੇਰੇ ਕੋਲ ਸਤਗੁਰ ਨਾਨਕ ਭਰਨ ਭਣਾਰ ਬਖਸ਼ਣ ਤੈਨੂੰ ਰਾਜਕੁਮਾਰ ਸੁਨ ਰਾਣੀ ਹੋਈ ਪਰਸੰਨ ਕਵੇ ਗੁਰੂ ਹਰਿਕ੍ਰਿਸ਼ਨ ਜੀ ਧੰਨ ਫਿਰ ਦਿੱਲੀ ਵਿੱਚ ਹੈ ਜਾ ਆਇਆ ਘਰ ਘਰ ਕਾਲ ਨੇ ਫੇਰਾ ਪਾਇਆ ਕੋਈ ਨਾ ਕਿਸੇ ਨੂੰ ਪੋਹੇ ਦਵਾਈ ਧੰਨ ਸਤਗੁਰ ਤੇਰੀ ਵਡਿਆਈ ਗੁਰਾਂ ਦਾ ਜਿਸ ਚਰਨਾ ਮ੍ਰਿਤ ਪੀਤਾ ਉਸਤੇ ਹੈ ਜੇ ਹਸਰ ਨਾ ਕੀਤਾ ਰਾਜੇ ਜਲ ਦੇ 호ਜ ਭਰਾਏ ਉਸ ਵਿੱਚ ਗੁਰਾਂ ਦੇ ਚਰਨ ਤੋਂ ਆਏ ਉਹ ਚਰਨਾ ਮ੍ਰਿਤ ਉਸ ਵਰਤਾਇਆ ਮਰਦੇ ਲੋਕਾਂ ਤਾਂ ਹੀ ਬਚਾਇਆ ਸਤਗੁਰ ਦੀ ਤੱਕ ਕਰਨੀ ਪਾਰੀ ਆਈ ਦਰਸ ਨੂੰ ਦਿੱਲੀ ਸਾਰੀ ਗੁਰੂ ਹਰਿਕ੍ਰਿਸ਼ਨ ਦਾ ਤੱਕ ਪ੍ਰਕਾਸ਼ ਦੁਖਦਿਲ ਦੇਦਰ ਹੋਏ ਨਾਸ਼ ਬਾਦਸ਼ਾਹ ਨੇ ਫਿਰ ਸੱਦ ਬੁਲਾਇਆ ਪਰਨਾ ਸਤਗੁਰ ਦਰਸ ਦਿਖਾਇਆ ਕਹਿਣ ਲੱਗੇ ਅਸੀਂ ਸੱਚਖੰਡ ਜਾਣਾ ਨਹੀਂ ਦੁਸ਼ਟ ਨੂੰ ਮੱਥੇ ਲਾਣਾ ਸੀ ਝੁਕਾਵੋ ਰਲਕੇ ਸਾਰੇ ਧੰ ਗੁਰੂ ਹਰਿਕ੍ਰਿਸ਼ਨ ਪਿਆਰੇ ਈਸ਼ ਝੁਕਾਵੋ ਰਲਕੇ ਸਾਰੇ ਧੰ ਗੁਰੂ ਹਰਿਕ੍ਰਿਸ਼ਨ ਪਿਆਰੇ ਧੰ ਧੰ ਤੇਰੀ ਬਾਣੀ ਧੰ ਧੰ ਸ੍ਰੀ ਗੁਰੂ ਗੰਗ ਸਾਹਿਬ ਜੀ ਵਾਹਿਗੁਰੂ